ਜਦੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਬਹੁਤ ਸਾਰੇ ਫਰੈਂਚ ਜਰਨੈਲ ਆਏ ਜਿਨ੍ਹਾਂ ਨੇ ਫੌਜ ਨੂੰ ਟ੍ਰੇਨਿੰਗ ਦਿੱਤੀ ਉਸ ਤਰ੍ਹਾਂ ਦੀ, ਜਨਰਲ ਵੈਂਤੁਰਾ ਦਾ ਜ਼ਿਕਰ ਹੈ ਜਾਂ ਉਹ ਸਾਰੇ ਹੈ, ਅਤੇ ਉਹਨਾਂ ਨੇ ਜਦੋਂ ਆਏ ਤਾਂ ਉਹਨਾਂ ਨੇ ਜਿਹੜਾ ਯੂਰਪ ਦੇ ਅੰਦਰ ਫੌਜੀ ਪਹਿਰਾਵਾ ਸੀ ਉਹ ਵੀ ਦਾਖਲ ਹੁੰਦਾ ਆ ਪੰਜਾਬ ਦੇ ਅੰਦਰ, ਅਤੇ ਉਹ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਦਾ ਹੀ ਆ। ਫਿਰ ਦੂਸਰਾ ਅੰਗਰੇਜ਼ਾਂ ਦੇ ਆਉਣ ਨਾਲ ਵੀ ਆ। ਤੀਸਰਾ ਮਤਲਬ ਕਿ ਇਹ ਵੀ ਇਸ ਦੇ ਉੱਤੇ ਵੀ ਜੇ ਤੁਸੀਂ ਕਮੈਂਟ ਕਰ ਸਕੋ ਕਿ ਜਿਹੜਾ ਕਿਸੇ ਦੌਰ ਦੇ ਅੰਦਰ ਬਹੁਤ ਇੱਕ ਆਦਰ ਸਤਿਕਾਰ ਜਾਂ ਸਨਮਾਨ ਦਾ ਜੈਸਚਰ ਬਣਦੀ ਸੀ ਡਰੈੱਸ, ਮਤਲਬ ਉਹ ਹੁਣ ਆ ਕੇ ਉਸੇ ਤਰ੍ਹਾਂ ਦੀ ਜਿਹੜੀ ਵੋਇਸ ਰਾਏ ਦੀ ਡਰੈੱਸ ਸੀ ਉਹ ਹੁਣ ਸਾਡੇ ਬੈਂਡ ਵਾਜੇ ਵਾਲਿਆਂ ਦੀ ਹੁੰਦੀ ਆ। ਇਹ ਓਬਜ਼ਰਵੇਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਨਹੀਂ, ਇਹ ਸੱਚ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਆਏ ਉਹਨਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਦੋ ਜਨਰਲ ਫਰੈਂਚ ਜਨਰਲ ਲਿਆਂਦੇ, ਅਲਾਰਡ ਐਂਡ ਵੈਂਚੂਰਾ। ਉਹਨਾਂ ਨੇ ਆਪਣੀ ਜਿਹੜੀ ਆ ਉਹਨਾਂ ਦੀ ਫੌਜ ਦੀ ਡਰੈੱਸ ਨਾ, ਉਹ ਫਰੈਂਚ ਹੁਸਾਰ ਯੂਨਿਟ ਸੀਗੀ ਉਹਦੇ 'ਤੇ ਮਾਡਲ ਕਰਕੇ ਫਰੈਂਚ ਉਹਨਾਂ ਦੇ ਆਰਮੀ ਦੀ ਉਹ ਡਰੈੱਸ ਉਹਨਾਂ ਨੇ ਇੰਟਰੋਡਿਊਸ ਕੀਤੀ। ਪਰ ਇਹ ਵੀ ਸੱਚ ਹੈਗਾ ਕਿ ਸਾਰੇ ਲੋਕ ਉਹ ਡਰੈੱਸ ਨਹੀਂ ਸੀ ਪਾਉਂਦੇ, ਕਈ ਹੋਰ ਜਿਵੇਂ ਸੀਗੇ ਉਹ ਗੁਰਸ਼ੇਰਾਜ਼ ਕਹਿੰਦੇ ਸੀਗੇ, ਉਹ ਨਹੀਂ ਸੀ ਉਹ ਡਰੈੱਸ ਪਾਉਂਦੇ। ਪਰ ਜਿਹੜਾ ਇਨਫਲੂਐਂਸ ਹੈ ਇਹ ਵੈਸਟਰਨ ਇਨਫਲੂਐਂਸ ਉੱਥੇ ਤਾਂ ਹੀ ਰਿਹਾ, ਬਾਕੀ ਲੋਕਾਂ 'ਚ ਫਿਲਟਰ ਡਾਊਨ ਨਹੀਂ ਹੋਇਆ। ਇੱਕ ਕਹਿ ਲਓ ਕਿ ਵੈਸਟਰਨ ਸਟਾਈਲ ਕੁਰਸੀਆਂ 'ਤੇ ਬਹਿਣਾ, ਕਿਉਂਕਿ ਬਹੁਤ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਬਹੁਤ ਪੇਂਟਿੰਗਸ ਹੈ ਕਿ ਉਸ ਇੱਕ ਟਿਪੀਕਲ ਵੈਸਟਰਨ ਸਟਾਈਲ ਚੇਅਰ 'ਤੇ ਬੈਠੇ ਹੈ ਜਾਂ ਬਾਕੀ ਰਾਜਾਜ਼ ਵੀ ਉੱਤੇ ਬੈਠੇ। ਪਰ ਇਨਫੈਕਟ ਇੱਕ ਐਮਿਲੀ ਈਡਨ ਜਿਹੜੀ ਲਾਰਡ ਆਕਲੈਂਡ ਦੀ ਸਿਸਟਰ ਸੀ, ਉਹਨੇ ਬਹੁਤ ਟਰੈਵਲ ਕੀਤਾ ਪੰਜਾਬ ਵਿੱਚ ਔਰ ਓਬਜ਼ਰਵ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ। ਸੋ ਇੱਕ ਟਾਈਮ ਉਹਨੇ ਲਿਖਿਆ ਕਿ ਹੀ ਇਜ਼ ਵੇਅਰਿੰਗ ਸੌਕਸ, ਕਿ ਜਿਹੜੇ ਕਿ ਬਹੁਤ ਅਨਯੂਜੁਅਲ ਹੈ ਕਿ ਲੋਕ ਇਹ ਜੁਰਾਬਾਂ ਨਹੀਂ ਪਾਉਂਦੇ। ਸੋ ਇਹ ਇੱਦਾਂ ਦੇ ਕਮੈਂਟਸ ਵੀ ਹੈਗੇ ਆ। ਪਰ ਬਾਕੀ ਜਿਹੜੇ ਕਹਿ ਲਓ ਕਿ ਯੂਨੀਫਾਰਮ, ਇਹ ਤਾਂ ਯੂਨੀਫਾਰਮ ਇਨ ਦਾ ਆਰਮੀ ਹੈ ਤਾਂ ਬ੍ਰਿਟਿਸ਼ਰਸ 'ਚ ਵੀ ਆਈ ਹੈ। ਇਨਫੈਕਟ ਇਨ ਅਰਲੀ 20th ਸੈਂਚਰੀ ਪ੍ਰਿੰਸ ਆਫ ਵੇਲਸ ਨੇ ਇੱਕ ਵਿਜ਼ਿਟ ਕੀਤਾ ਸੀਗਾ, ਜਿਹੜੇ ਮਤਲਬ ਉਹਨਾਂ ਦੀ ਓਬਜ਼ਰਵੇਸ਼ਨ ਇਹ ਸੀਗੀ ਕਿ ਉਸ ਟਾਈਮ ਜਿਹੜੀ ਆਰਮੀ ਸੀਗੀ ਬਹੁਤ ਸਾਰਿਆਂ ਦੇ ਤਾਂ ਸ਼ੂਜ਼ ਵੀ ਹੈ ਨਹੀਂ ਸੀ ਔਰ ਕਿਸੇ ਦੇ ਰੰਗ ਬਿਰੰਗੇ ਕੱਪੜੇ, ਕੋਈ ਮਤਲਬ ਪੀਪਲ ਵੋਰ ਵਟ ਦੇ ਫੈਲਟ ਲਾਈਕ ਵੇਅਰਿੰਗ। ਸੋ ਉਸ ਟਾਈਮ ਤੋਂ ਐਂਡ ਆਲਸੋ ਰੈਵੋਲਿਊਸ਼ਨ ਜਿਹੜੀ ਆਪਾਂ 1857 ਤੋਂ ਬਾਅਦ ਜਿਹੜੀ ਆਪਾਂ ਇੰਡੀਪੈਂਡੈਂਸ ਵਾਰ ਔਰ ਉਹ ਰੈਵੋਲਿਊਸ਼ਨ ਕਹਿੰਦੇ ਆ, ਉਸ ਤੋਂ ਬਾਅਦ ਇਹ ਵਿਚਾਰ ਹੋਇਆ ਕਿ ਮੋਰ ਰੈਗੂਲਰਾਈਜ਼ ਕੀਤੀ ਜਾਏ ਯੂਨੀਫਾਰਮ। ਸੋ ਹਰ ਯੂਨਿਟ ਦੀ ਅਲੱਗ ਅਲੱਗ ਯੂਨੀਫਾਰਮ ਸੀ ਔਰ ਜਿਸ ਤਰ੍ਹਾਂ ਆਫਿਸਰਸ ਪਾਉਂਦੇ ਸੀਗੇ ਯੂਨੀਫਾਰਮ, ਉਹ ਸੇਮ ਕਲਰਸ ਦੀ ਨੀਚੇ ਜਵਾਨਸ ਔਰ ਇਹ ਯੂਨੀਫਾਰਮਸ ਪਾਉਂਦੇ ਸੀ। ਪਰ ਆਈ ਨੋ ਇਹ ਤੁਹਾਡੀ ਓਬਜ਼ਰਵੇਸ਼ਨ ਸਹੀ ਹੈ ਕਿ ਅੱਜ ਬੈਂਡ ਵੀ ਉਹ ਹੀ ਯੂਨੀਫਾਰਮ ਕੰਟੀਨਿਊ ਕਰਦੇ, ਬਲਕਿ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਡਿਵੈਲਪ ਹੋ ਗਈ। ਇਹ ਤਾਂ ਯੂਨੀਫਾਰਮ ਹੈਗੀ ਹੈ, ਇਟਸ ਜਸਟ ਸ਼ੋਇੰਗ ਕਿ ਯੂਨੀਫਾਰਮ ਪਾਉਂਦੇ ਹੈ ਕਿ ਫਰਕ, ਮਤਲਬ ਟਰਾਊਜ਼ਰਸ ਔਰ ਕੋ ਵੈਸਟਰਨ ਯੂਨੀਫਾਰਮ ਕਹਿ ਲਓ। ਪਰ ਇੱਥੇ ਵੀ ਦੇਖ ਲਓ ਪੱਗੜੀ ਨਹੀਂ ਪਾਏ, ਪੱਗੜੀ ਇੰਡਿਸਪੈਂਸੀਬਲ ਹੈ ਕਿਉਂਕਿ ਸਿੱਖ ਰਿਲੀਜਨ ਵਿੱਚ ਅਲਾਓ ਨਹੀਂ ਕਰਦੇ ਨਾ ਕਿ ਪੱਗੜੀ ਤੋਂ, ਪੱਗੜੀ ਜਨਰਲੀ ਪੱਗੜੀ ਵਾਜ਼ ਇੰਡਿਸਪੈਂਸੀਬਲ, ਚਾਹੇ ਉਹ ਅਮੰਗ ਸਿੱਖਸ ਜਾਂ ਹਿੰਦੂਸ। ਉਹ ਇੱਕ ਜਦੋਂ ਮੈਂ ਗਰੋ ਅਪ ਕੀਤੀ ਹਾਂ ਇਨ ਆਫਟਰ ਇੰਡੀਪੈਂਡੈਂਸ, ਮੇਰੇ ਹਿਸਾਬ ਨਾਲ ਸਾਰੇ ਲੋਕ
चाहे पंजाब विच चाहे वह हिंदू सी सिखा ने तो पानी सारे पगड़ी पाते सी और हौली हौली करके क्लीन शेवन लुक आ गई वो भी एक वैसटर्न इन्फ्लुएंस।